ਕੁਦਰਤ ਦਾ ਨਿਯਮ ਅਤੇ ਜ਼ਿੰਦਗੀ ਦੀ ਅਟਲ ਸੱਚਾਈ ਮੌਤ। ਧਰਤੀ ਦਾ ਉਹ ਕੌੜਾ ਸੱਚ ਜਿਸ ਤੋਂ ਕੋਈ ਵੀ ਜੀਵ ਨਾ ਹੀ ਇਨਕਾਰ ਕਰ ਸਕਦਾ ਹੈ ਅਤੇ ਨਾ ਹੀ ਇਸ ਤੋਂ ਲੁਕ ਸਕਦਾ ਹੈ। ਇਸ ਦਾ ਸਾਹਮਣਾ ਵਕਤ ਵਿੱਚ ਮੌਜੂਦ ਹਰ ਇੱਕ ਜੀਵ ਨੂੰ ਕਰਨਾ ਪਵੇਗਾ। ਮੌਤ ਇਸ ਧਰਤੀ ਦੀ ਸਭ ਤੋਂ ਵੱਡੀ ਹਕੀਕਤ ਜਿਸ ਦੇ ਸਾਹਮਣੇ ਸ਼ਾਹਜ਼ੋਰ, ਬਾਦਸ਼ਾਹ, ਫਕੀਰ, ਦਾਨਾ, ਜ਼ਾਲਿਮ, ਆਲਿਮ, ਫਾਜ਼ਿਲ, ਰਹਿਬਰ, ਮੌਲਵੀ, ਪੰਡਤ, ਫਾਦਰ ਅਤੇ ਗਿਆਨੀ ਸਭ ਨੂੰ ਹੀ ਇੱਕ ਨਿਯਮ ਉੱਪਰ ਇੱਕ ਕਠੇਰੇ ਵਿੱਚ ਆ ਕੇ ਖੜ੍ਹਾ ਕਰ ਦਿੰਦਾ ਹੈ। ਪੂਰੀ ਦੁਨੀਆ 'ਤੇ ਹਕੂਮਤ ਕਰਨ ਵਾਲੇ ਇਸ ਦੇ ਸਾਹਮਣੇ ਬੇਬਸ ਨਜ਼ਰ ਆਏ। ਵੱਖ ਵੱਖ ਧਰਮਾਂ ਵਿੱਚ ਮੌਤ ਦੀ ਵੱਖ ਵੱਖ ਤਸ਼ਰੀਹ ਕੀਤੀ ਗਈ। ਕਿਸੇ ਨੇ ਆਖਿਆ ਧਰਮ ਦਾ ਗਿਆਨ ਹੀ ਮੌਤ ਦੇ ਗਿਆਨ ਨਾਲ ਪ੍ਰਗਟ ਹੁੰਦਾ ਹੈ। ਕੋਈ ਆਖਦਾ ਹੈ ਅਸਲ ਜ਼ਿੰਦਗੀ ਮੌਤ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ, ਪਰ ਇੱਕ ਹਕੀਕਤ ਇਹ ਵੀ ਹੈ ਕਿ ਮੌਤ ਦਾ ਨਿਯਮ ਮੌਤ ਦਾ ਮਜ਼ਾ ਲੈਣ ਤੋਂ ਬਾਅਦ ਵੀ ਇਸ ਦੀ ਹਕੀਕਤ ਬਿਆਨ ਨਹੀਂ ਕਰਨ ਦਿੰਦੀ। ਇੱਕ ਇਹੋ ਜਿਹੀ ਹਕੀਕਤ ਨੂੰ ਲੈ ਕੇ ਅੱਜ ਅਸੀਂ ਆਏ ਹਾਂ ਸਿਆਲਕੋਟ, ਜਿੱਥੇ ਗੁਰੂ ਨਾਨਕ ਜੀ ਨੇ ਸਿਆਲਕੋਟ ਵਾਸੀਆਂ ਨੂੰ ਹਮਜ਼ਾ ਗੌਸ ਦੇ ਕਹਿਰ ਤੋਂ ਬਚਾਇਆ ਅਤੇ ਮੂਲਾ ਖੱਤਰੀ ਰਾਹੀਂ ਇਸ ਫਾਨੀ ਦੁਨੀਆ ਦੀ ਅਸਲ ਹਕੀਕਤ ਬਿਆਨ ਕਰਕੇ ਦਰਸਾਇਆ, ਮਰਨਾ ਸੱਚ, ਜਿਉਣਾ ਝੂਠ। ਗੁਰੂ ਨਾਨਕ ਜੀ ਜਦ ਸਿਆਲਕੋਟ ਪਹੁੰਚੇ ਤਾਂ ਪੂਰਾ ਸ਼ਹਿਰ ਡਰ ਦੇ ਨਾਲ ਸਹਿਮਿਆ ਹੋਇਆ ਸੀ। ਗੁਰੂ ਜੀ ਦੇ ਪੁੱਛਣ 'ਤੇ ਪਤਾ ਲੱਗਾ ਕਿ ਇੱਕ ਬਜ਼ੁਰਗ ਫਕੀਰ ਹਮਜ਼ਾ ਗੌਸ ਨਾਲ ਵਾਅਦਾ ਖਿਲਾਫੀ ਕੀਤੀ ਗਈ ਹੈ। ਹਮਜ਼ਾ ਗੌਸ ਜੋ ਕਿ ਰਿਧੀਆਂ ਸਿੱਧੀਆਂ ਦਾ ਮਾਲਕ ਹੈ ਔਰ ਉਹ ਜੋ ਚਾਹੇ ਕਰ ਸਕਦਾ ਹੈ ਅਤੇ ਉਹ ਉਸੇ ਵਿੱਚ 40 ਦਿਨਾਂ ਦਾ ਚਿੱਲਾ ਕੱਟ ਰਹੇ ਨੇ। ਚਿੱਲਾ ਪੂਰਾ ਹੋਣ 'ਤੇ ਸਾਰਾ ਸ਼ਹਿਰ ਗਰਕ ਹੋ ਜਾਵੇਗਾ। ਗੁਰੂ ਜੀ ਹਮਜ਼ਾ ਗੌਸ ਦੀ ਚਿੱਲਾ ਗਾਹ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਇਸ ਪੇਰੀ ਥੱਲੇ ਆ ਕੇ ਬੈਠ ਗਏ ਅਤੇ ਮਰਦਾਨਾ ਜੀ ਦੀ ਰਬਾਬ ਨਾਲ ਰੱਬ ਦੀ ਉਸਤਤ ਵਿੱਚ ਖੋ ਗਏ। ਥੋੜ੍ਹੀ ਦੇਰ ਬਾਅਦ ਤੇਜ਼ ਬਾਰਿਸ਼ ਅਤੇ ਆਸਮਾਨੀ ਬਿਜਲੀ ਨਾਲ ਹਮਜ਼ਾ ਗੌਸ ਦੀ ਚਿੱਲਾ ਗਾਹ ਦੀ ਛੱਤ ਡਿੱਗ ਪਈ। ਹਮਜ਼ਾ ਗੌਸ ਬਹੁਤ ਹੀ ਕ੍ਰੋਧ ਵਿੱਚ ਬਾਹਰ ਆਇਆ ਅਤੇ ਗੁਰੂ ਜੀ ਦੀ ਬੈਠਕ ਵੱਲ ਤੁਰ ਪਿਆ, ਪਰ ਜਦੋਂ ਗੁਰੂ ਜੀ ਦੇ ਕਰੀਬ ਪਹੁੰਚਿਆ ਤਾਂ ਨੂਰਾਨੀ ਚਿਹਰਾ ਅਤੇ ਰੱਬੀ ਉਸਤਤ ਵਿੱਚ ਲੀਨ ਆਵਾਜ਼ ਵਿੱਚ ਖੋ ਗਿਆ। ਥੋੜ੍ਹੀ ਦੇਰ ਬਾਅਦ ਗੁਰੂ ਜੀ ਨੇ ਹਮਜ਼ਾ ਗੌਸ ਨੂੰ ਆਖਿਆ, ਫਕੀਰ ਤਾਂ ਰੱਬ ਅਤੇ ਇਨਸਾਨ ਦੇ ਮੇਲ ਦਾ ਰਸਤਾ ਹੈ, ਨਾ ਕਿ ਕਿਸੇ ਦੀ ਜ਼ਿੰਦਗੀ ਅਤੇ ਮੌਤ ਦਾ ਫੈਸਲਾ ਕਰਨ ਵਾਲਾ। ਫਕੀਰ ਦਾ ਕੰਮ ਰੱਬ ਦੀ ਰਜ਼ਾ ਵਿੱਚ ਰਹਿਣਾ ਅਤੇ ਆਪਣੀਆਂ ਖੁਸ਼ੀਆਂ ਵੀ ਰੱਬ ਦੀ ਖਲਕਤ ਵਿੱਚ ਤਕਸੀਮ ਕਰਨਾ। ਮੌਤ ਤਾਂ ਅਟਲ ਸੱਚਾਈ ਹੈ, ਪਰ ਤੂੰ ਕਿਸੇ ਇੱਕ ਦੀ ਗਲਤੀ ਦੀ ਸਜ਼ਾ ਸਭ ਨੂੰ ਦੇ ਕੇ ਫਕੀਰ ਨਹੀਂ ਜ਼ਾਲਿਮ ਕਹਿਲਵਾਏ। ਫਕੀਰ ਦਾ ਕੰਮ ਜ਼ਿੰਦਗੀ ਦੇਣਾ ਹੈ, ਨਾ ਕਿ ਜ਼ਿੰਦਗੀ ਲੈਣਾ। ਪਰ ਫਕੀਰ ਹਮਜ਼ਾ ਗੌਸ ਨੇ ਇਸ ਪਿੰਡ ਵਾਲਿਆਂ ਨੂੰ ਬੁਰਾ ਭਲਾ ਗਿਆ ਅਤੇ ਆਖਿਆ ਕਿ ਇਸ ਪਿੰਡ ਵਿੱਚ ਕਿਸੇ ਨੂੰ ਮੌਤ ਦੀ ਪਰਵਾਹ ਨਹੀਂ ਹੈ ਔਰ ਨਾ ਹੀ ਕਿਸੇ ਨੂੰ ਰੱਬ ਦਾ ਡਰ। ਹਮਜ਼ਾ ਗੌਸ ਦੀ ਯਕੀਨ ਦਿਹਾਨੀ ਵਾਸਤੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ 2 ਪੈਸੇ ਦੇ ਕੇ ਸ਼ਹਿਰ ਵੱਲ ਟੋਰਿਆ ਅਤੇ ਸੱਚ ਅਤੇ ਝੂਠ ਖਰੀਦਣ ਲਈ ਆਖਿਆ। ਮਰਦਾਨਾ ਸ਼ਹਿਰ ਵਿੱਚ ਬਹੁਤ ਸਾਰੀ ਵਪਾਰੀਆਂ ਕੋਲ ਗਿਆ, ਪਰ ਸਭ ਨੇ ਇਸ ਕਿਸਮ ਦੇ ਸੌਦੇ ਤੋਂ ਨਾਵਾਕਫ ਹੋਣ ਦਾ ਇਕਰਾਰ ਕੀਤਾ। ਆਖਰ ਮਰਦਾਨਾ ਮੂਲਾ ਖੱਤਰੀ ਨਾਮੀ ਵਪਾਰੀ ਕੋਲ ਗਿਆ। ਮੂਲੇ ਖੱਤਰੀ ਨੇ 2 ਪੈਸੇ ਰੱਖ ਕੇ ਇੱਕ ਪਰਚੀ ਉੱਪਰ ਲਿਖਿਆ, ਮਰਨਾ ਸੱਚ, ਅਤੇ ਦੂਸਰੀ ਪਰਚੀ ਉੱਪਰ ਜਿਉਣਾ ਝੂਠ। ਮਰਦਾਨਾ ਜਦ ਗੁਰੂ ਜੀ ਕੋਲ ਵਾਪਸ ਆਉਣ ਲੱਗਾ ਤਾਂ ਮੂਲਾ ਖੱਤਰੀ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਉਹਦੇ ਨਾਲ ਹੀ ਟੁਰ ਪਿਆ। ਮਰਦਾਨਾ ਨੇ ਗੁਰੂ ਜੀ ਨੂੰ ਮੂਲਾ ਖੱਤਰੀ ਦੀਆਂ ਲਿਖੀਆਂ ਹੋਈਆਂ ਪਰਚੀਆਂ ਸੁਣਾਈਆਂ ਤਾਂ ਫਕੀਰ ਹਮਜ਼ਾ ਗੌਸ ਦਾ ਕ੍ਰੋਧ ਸ਼ਾਂਤ ਹੋ ਗਿਆ। ਫਕੀਰ ਹਮਜ਼ਾ ਗੌਸ ਨੇ ਗੁਰੂ ਜੀ ਨਾਲ ਵਾਅਦਾ ਕੀਤਾ ਕਿ ਉਹ ਇੱਕ ਰੱਬ ਦੀ ਬੰਦਗੀ ਅਤੇ ਉਸ ਦੀ ਬਣਾਈ ਹੋਈ ਖਲਕਤ ਦੀ ਸੇਵਾ ਕਰੇਗਾ।
ਕੁਝ ਇਤਿਹਾਸਕਾਰ ਲਿਖਦੇ ਨੇ ਕਿ ਮੂਲਾ ਖੱਤਰੀ ਕੁਝ ਸਮਾਂ ਗੁਰੂ ਜੀ ਦੇ ਨਾਲ ਹੀ ਰਿਹਾ ਅਤੇ ਰੱਬ ਦੀ ਬੰਦਗੀ ਅਤੇ ਸੇਵਾ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ। ਕੁਝ ਸਮਾਂ ਬਾਅਦ ਜਦ ਮੂਲਾ ਖੱਤਰੀ ਆਪਣੇ ਪਿੰਡ ਵਾਪਸ ਆਇਆ ਤਾਂ ਦੁਬਾਰਾ ਦੁਨਿਆਵੀ ਝੰਝਟਾਂ ਵਿੱਚ ਫਸ ਗਿਆ ਅਤੇ ਆਪਣੇ ਹੀ ਲਿਖੇ ਹੋਏ ਕੌਲ ਨੂੰ ਭੁੱਲ ਗਿਆ। ਕਾਫ਼ੀ ਸਮਾਂ ਬਾਅਦ ਜਦ ਗੁਰੂ ਜੀ ਮੂਲਾ ਖੱਤਰੀ ਨੂੰ ਉਸ ਦੇ ਘਰ ਮਿਲਣ ਆਏ ਤਾਂ ਮੂਲਾ ਖੱਤਰੀ ਦੀ ਘਰਵਾਲੀ ਨੇ ਮੂਲੇ ਨੂੰ ਪਾਥੀਆਂ ਵਾਲੀ ਥਾਂ ਲੁਕੋ ਕੇ ਗੁਰੂ ਜੀ ਨੂੰ ਆਖਿਆ ਕਿ ਮੂਲਾ ਘਰ ਨਹੀਂ ਹੈ। ਗੁਰੂ ਜੀ ਦੇ ਜਾਣ ਮਗਰੋਂ ਪਤਾ ਲੱਗਾ ਕਿ ਪਾਥੀਆਂ ਵਾਲੀ ਥਾਂ ਮੂਲੇ ਨੂੰ ਸੱਪ ਨੇ ਡੱਸ ਲਿਆ ਹੈ ਅਤੇ ਮੂਲਾ ਹੁਣ ਸੱਚ ਵਿੱਚ ਨਹੀਂ ਰਿਹਾ। ਜਦ ਮੂਲੇ ਦੀ ਘਰਵਾਲੀ ਨੇ ਆਹ ਸਭ ਵੇਖਿਆ ਤਾਂ ਉਸ ਨੇ ਗੁਰੂ ਜੀ ਕੋਲ ਮਾਫ਼ੀ ਮੰਗ ਕੇ ਫਰਿਆਦ ਕੀਤੀ ਤਾਂ ਗੁਰੂ ਜੀ ਨੇ ਰੱਬ ਦੇ ਪਾਣਾ ਮੰਨਣ ਦਾ ਉਪਦੇਸ਼ ਦਿੱਤਾ ਅਤੇ ਇਸੇ ਹੀ ਥਾਂ ਗੁਰੂ ਜੀ ਨੇ ਇਹ ਸਲੋਕ ਉਚਾਰਨ ਕੀਤਾ। ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂੰਹ ਲਿਆ ਆਵੈ ਕਿੱਥੇ ਥਾਏ। ਇਸ ਗੁਰੂ ਘਰ ਦੀ ਤਾਮੀਰ ਬਾਬਾ ਨੱਥਾ ਸਿੰਘ ਜੀ ਨੇ ਕਰਵਾਈ। ਬਾਬਾ ਨੱਥਾ ਸਿੰਘ ਜੀ ਸ਼ਹੀਦ ਮਿਸਲ ਦੇ ਅਹਿਮ ਰੁਕਨ ਸਨ ਅਤੇ ਇਹਨਾਂ ਨੇ 1762 ਅਤੇ 63 ਵਿੱਚ ਅਹਿਮਦ ਦੁਰਾਨੀ ਨੂੰ ਅੰਮ੍ਰਿਤਸਰ ਵਿੱਚ ਸ਼ਿਕਸਤ ਦੇ ਕੇ ਅੰਮ੍ਰਿਤਸਰ ਵਿੱਚ ਖਾਲਸਾ ਰਾਜ ਨਾਫਜ਼ ਕਰਨ 'ਚ ਅਹਿਮ ਕਿਰਦਾਰ ਅਦਾ ਕੀਤਾ। ਇਸ ਤੋਂ ਇਲਾਵਾ ਬਾਬਾ ਨੱਥਾ ਸਿੰਘ ਸਿਆਲਕੋਟ ਅਤੇ ਜਲੰਧਰ ਦੇ ਵੀ ਲੀਡਰ ਰਹੇ। ਬਾਅਦ ਵਿੱਚ ਬਾਬਾ ਨੱਥਾ ਸਿੰਘ ਨੇ ਆਪਣੀ ਸਾਰੀ ਜ਼ਮੀਨੋ ਜਾਇਦਾਦ ਇਸੇ ਗੁਰਦੁਆਰੇ ਦੇ ਨਾਂ ਕੀਤੀ, ਗੁਰਦੁਆਰਾ ਬਾਬੇ ਦੀ ਬੇਰ ਅਤੇ ਗੁਰਦੁਆਰਾ ਬੌਲੀ ਸਾਹਿਬ ਨੂੰ ਤਾਮੀਰ ਕਰਵਾਇਆ। ਬਾਬਾ ਨੱਥਾ ਸਿੰਘ ਦੀ ਸਮਾਧ ਅੱਜ ਵੀ ਇਸੇ ਹੀ ਅਸਥਾਨ 'ਤੇ ਮੌਜੂਦ ਹੈ। ਖਾਲਸਾ ਰਾਜ ਅਤੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਗੁਰਦੁਆਰਾ ਸਾਹਿਬ ਦੀ ਸ਼ਾਨੋ ਸ਼ੌਕਤ ਹੋਰ ਵਧਾ ਦਿੱਤੀ ਗਈ। ਗੁਰਦੁਆਰਾ ਸਾਹਿਬ ਦੇ ਨਾਮ ਉੱਪਰ ਅੱਜ ਵੀ 33 ਕਨਾਲ ਜ਼ਮੀਨ ਗੁਰੂ ਘਰ ਦੇ ਨਾਲ ਹੀ ਹੈ ਔਰ ਬਾਕੀ 10 ਮੁਰੱਬੇ ਜ਼ਮੀਨ ਫੈਸਲਾਬਾਦ ਦੇ ਕਰੀਬ ਬਾਬੇ ਦੀ ਬੇਰਨਾਮੀ ਪਿੰਡ ਵਿੱਚ ਹੈ। ਗੁਰਦੁਆਰਾ ਬਾਬੇ ਦੀ ਬੇਰ ਦੇ ਕੋਲ ਹੀ ਅੰਗਰੇਜ਼ ਰਾਜ ਵਿੱਚ ਸਿੰਘ ਵੀਰਾਂ ਦੀ ਕੋਸ਼ਿਸ਼ ਤੋਂ ਬਾਅਦ ਖਾਲਸਾ ਹਾਈ ਸਕੂਲ ਬਣਾ ਦਿੱਤਾ ਗਿਆ, ਜਿਸਦਾ ਨੀਂਹ ਪੱਥਰ ਪੰਜਾਬ ਦੇ ਗਵਰਨਰ ਮਾਈਕਲ ਉਡਵਾਇਰ ਨੇ 1916 ਵਿੱਚ ਰੱਖਿਆ। ਕਰਤਾਰ ਸਿੰਘ ਜੱਬਰ ਨੇ 1920 ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਵੇਲੇ ਸਭ ਤੋਂ ਪਹਿਲਾਂ ਗੁਰਦੁਆਰਾ ਬਾਬੇ ਦੀ ਬੇਰ ਨੂੰ ਹੀ ਮਹੰਤਾ ਕੋਲੋਂ ਆਜ਼ਾਦ ਕਰਵਾਇਆ। 1947 ਤੋਂ ਬਾਅਦ ਸਿੱਖ ਸੰਗਤਾਂ ਨੂੰ ਇਸ ਖੂਬਸੂਰਤ ਗੁਰੂ ਘਰ ਨੂੰ ਛੱਡ ਕੇ ਜਾਣਾ ਪਿਆ। 1992 ਵਿੱਚ ਬਾਬਰੀ ਮਸਜਿਦ ਦੇ ਹਮਲੇ ਤੋਂ ਬਾਅਦ ਕੁਝ ਸ਼ਰਪਸੰਦ ਲੋਕਾਂ ਨੇ ਗੁਰੂ ਘਰ ਉੱਪਰ ਕਬਜ਼ਾ ਕਰ ਲਿਆ, ਪਰ ਪਾਕਿਸਤਾਨ ਦੀ ਗੌਰਮੈਂਟ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਵੇਖਦਿਆਂ ਹੋਇਆਂ ਕੁਝ ਮੁਸਲਮਾਨ ਵੀਰ ਅਤੇ ਭਾਈ ਜਸਕਰਨ ਸਿੰਘ ਦੀ ਅਣਥੱਕ ਕੋਸ਼ਿਸ਼ ਤੋਂ ਬਾਅਦ ਇਸ ਗੁਰੂ ਘਰ ਨੂੰ ਦੁਬਾਰਾ ਸਿੱਖ ਸੰਗਤਾਂ ਵਾਸਤੇ ਖੋਲ੍ਹ ਦਿੱਤਾ ਗਿਆ। ਗੁਰਦੁਆਰਾ ਬੌਲੀ ਸਾਹਿਬ ਅਤੇ ਸਰੋਵਰ ਸਾਹਿਬ ਦੀ ਹਾਲਤ ਬਹੁਤ ਖਸਤਾ ਹੈ। ਉਮੀਦ ਹੈ ਪਾਕਿਸਤਾਨ ਦੀ ਗੌਰਮੈਂਟ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਇਤਿਹਾਸ ਨੂੰ ਬਚਾਉਣ ਦਾ ਪੂਰਾ ਯਤਨ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਕਰਨ ਸਿੰਘ, ਗੁਰਦੁਆਰਾ ਬਾਬੇ ਦੀ ਬੇਰ ਸਾਹਿਬ, ਸੇਵਾਦਾਰ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਹੁਣੀ ਇਸ ਸ਼ਹਿਰ ਨੂੰ ਉਤਾਰਨ ਲਈ ਆਏ। ਜਦੋਂ ਇਸ ਜਗ੍ਹਾ 'ਤੇ ਆਏ ਅਤੇ ਆ ਕੇ ਕੀ ਦੇਖਿਆ ਕਿ ਇੱਥੇ ਸਾਰੇ ਲੋਕ ਸਹਿਮੇ ਸੀਗੇ। ਫਿਰ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਹੁਣਾਂ ਨੇ ਜਿਹੜੇ ਵਿਚਾਰ ਸੀਗੇ ਉਹਨਾਂ ਦੇ ਨਾਲ ਸਾਂਝੇ ਕੀਤੇ ਆਪਣੇ ਭਾਈ ਹਮਜ਼ਾ ਗੌਸ ਹੁਣਾਂ ਨਾਲ, ਅਤੇ ਜਿਸ ਉਹਨਾਂ ਨੇ ਕੀਤੇ ਉਹਨਾਂ ਦੇ ਨਾਲ, ਅਤੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਵੀ ਜਿਹੜਾ ਜਿਉਣਾ ਮਰਨਾ ਇਹ ਤਾਂ ਰੱਬ ਦੇ ਹੱਥ ਦੇ ਵਿੱਚ ਆ,